ਦੋ ਦਿਨ ਪਹਿਲਾਂ ਸਾਡੇ ਵੀਡੀਓ ਬਣਾ ਕੇ ਲੈ ਕੇ ਗਏ, ਦੋ ਦਿਨ ਪਹਿਲਾਂ, ਹਾਂ ਇੱਥੇ ਬੋਰਡ ਥੱਲੇ ਗੱਲਾਂ ਕਰਕੇ ਗਏ, ਵਿਆਹ ਦੀਆਂ ਗੱਲਾਂ ਕਰਕੇ ਗਏ। ਵਿਆਹ ਦੀਆਂ ਗੱਲਾਂ ਕੀ? ਆਪਾਂ ਵਿਆਹ ਇੱਦਾਂ ਕਰਾਂਗੇ, ਆਪਾਂ ਸੂਟ ਸਮਾਵਾਂਗੇ, ਆਪਾਂ ਮਹੀਨਾ ਵਿਆਹ ਰੱਖਾਂਗੇ, ਤੀਜੇ ਦਿਨ ਹੀ ਮੁੱਕਦਾ। ਕੀ ਗੱਲਾਂ ਕਰਦੇ ਸੀ ਉਹ ਆਪਣੀ ਹੋਣ ਵਾਲੀ ਘਰ ਵਾਲੀ ਬਾਰੇ ਤੁਹਾਨੂੰ ਕੁਛ ਕਹਿੰਦੇ ਸੀ? ਸੋ ਇਸ ਸਮੇਂ ਅਸੀਂ ਮੂਸਾ ਪਿੰਡ ਦੇ ਵਿੱਚ ਖੜ੍ਹੇ ਹੋਏ ਹਾਂ। ਸੋ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇ ਵਾਲੇ ਨੂੰ ਗਏ ਹੋਏ ਪੂਰੇ 2 ਸਾਲ ਹੋ ਗਏ ਨੇ। ਸੋ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਜੋ ਪੜੋਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ 2 ਸਾਲਾਂ ਨੂੰ, ਅਤੇ ਉਸ ਤੋਂ ਪਹਿਲਾਂ ਜੋ ਸਿੱਧੂ ਦਾ ਰਹਿਣ ਸਹਿਣ ਸੀ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਹਾਲਾਂਕਿ ਗਰਮੀ ਬਹੁਤ ਹੈ, ਟੈਂਪਰੇਚਰ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ 43 ਡਿਗਰੀ ਹੋਇਆ ਹੋਇਆ, ਔਰ ਸਮਾਂ 11 ਵਜੇ ਹੋਏ ਨੇ, ਔਰ ਇਸ ਸਮੇਂ ਗਰਮੀ ਦੇ ਵਿੱਚ ਬੜਾ ਬੁਰਾ ਹਾਲ ਹੈ, ਔਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਉਹ ਚੀਜ਼ ਦਿਖਾਈਏ ਗਰਾਊਂਡ ਲੈਵਲ 'ਤੇ ਉਤਰ ਕੇ ਕਿ ਜੋ ਹਜੇ ਤੱਕ ਤੁਹਾਨੂੰ ਨਹੀਂ ਪਤਾ ਹੈਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਅੱਜ ਵੀ ਲੋਕਾਂ ਨੂੰ ਨਹੀਂ ਪਤਾ ਹੈਗਾ। ਕੋਸ਼ਿਸ਼ ਕਰਾਂਗੇ ਉਹ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਦੀਆਂ ਕਿ ਜੋ ਹਜੇ ਤੱਕ ਸਿੱਧੂ ਦੇ ਬਾਰੇ ਤੁਹਾਡੇ ਤੱਕ ਨਹੀਂ ਪਹੁੰਚੀਆਂ। ਸੋ ਆਓ ਫਿਰ ਪਿੰਡ ਦੇ ਵਿੱਚ ਚੱਲਦੇ ਹਾਂ, ਸੋ ਗੱਲਾਂ ਬਾਤਾਂ ਕਰਦੇ ਹਾਂ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਦੱਸਿਆ ਕਿ ਪਿੰਡ ਮੂਸਾ ਦੇ ਵਿੱਚ ਖੜ੍ਹੇ ਹੋਏ ਹਾਂ। ਸੋ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਬੈਠੇ ਹੋਏ ਨੇ ਮੂਸੇ ਦੇ, ਜਿਹੜੇ ਸਿੱਧੂ ਮੂਸੇ ਵਾਲੇ ਨੂੰ ਚਾਹੁਣ ਵਾਲੇ ਜਿਹੜੇ ਉਹਨਾਂ ਦੇ ਪੜੋਸੀ ਨੇ, ਉਹਨਾਂ ਦੇ ਨਾਲ ਇਕੱਠਾ ਉਹਨਾਂ ਦਾ ਬਚਪਨ ਬੀਤਿਆ ਜਿਸ ਟਾਈਮ ਹੈ ਉਹ ਸਟਾਰ ਵੀ ਨਹੀਂ ਸੀ, ਔਰ ਉਸ ਸਮੇਂ ਕਿਸ ਤਰ੍ਹਾਂ ਇੱਥੇ ਸੱਤਾਂ 'ਚ ਬੈਠਦੇ ਸੀ, ਔਰ ਕਿੱਦਾਂ ਦੀ ਗੱਲਾਂ ਬਾਤਾਂ ਹੁੰਦੀਆਂ ਸੀ, ਔਰ ਉਹਨਾਂ ਦੇ ਜਾਣ ਤੋਂ ਬਾਅਦ ਕਿੱਦਾਂ ਦਾ ਮਾਹੌਲ ਹੈ ਪਿੰਡ ਦੇ, ਔਰ ਜਿਸ ਟਾਈਮ ਉਹ ਸਟਾਰ ਬਣੇ ਵੀ ਨਹੀਂ ਸੀ। ਸੋ ਤਮਾਮ ਗੱਲਾਂ ਬਾਤਾਂ ਕਰਾਂਗੇ ਭਰਾਵਾਂ ਦੇ ਨਾਲ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਯਾਦਵਿੰਦਰ ਸਿੰਘ। ਯਾਦਵਿੰਦਰ ਸਿੰਘ, ਜਿਸ ਟਾਈਮ ਸਿੱਧੂ ਮੂਸੇ ਵਾਲਾ ਇੱਕ ਸਟਾਰ ਨਹੀਂ ਬਣੇ ਸੀ, ਉਸ ਸਮੇਂ ਉਹਨਾਂ ਦਾ ਰਵੱਈਆ ਕੀ ਸੀ, ਕਿੱਦਾਂ ਦੀ ਗੱਲਾਂ ਬਾਤਾਂ ਹੁੰਦੀਆਂ ਸੀ? ਗੱਲਾਂ ਬਾਤਾਂ ਬਸ ਆਹੀ ਆਮ ਹੀ ਜਿਵੇਂ ਜੀ ਆਪਣੇ ਘਰੇਲੂ ਹੁੰਦੀਆਂ, ਜ਼ਿਮੀਂਦਾਰਾਂ ਦੀਆਂ ਗੱਲਾਂ। ਲੁਧਿਆਣੇ ਪੜ੍ਹਦਾ ਸੀ, ਬਾਕੀ ਪਿੰਡ ਘੱਟ ਰਹਿੰਦਾ ਸੀ ਉਦੋਂ, ਅਤੇ ਵਧੀਆ ਇਨਸਾਨ ਸੀ, ਕੋਈ ਕਦੇ ਕਿਸੇ ਨਾਲ ਕਦੇ ਲੜਿਆ ਨਹੀਂ, ਕਦੇ ਕਿਸੇ ਨੂੰ ਗਾਲ ਨਹੀਂ ਕੱਢੀ, ਬਸ ਵਧੀਆ ਸੀ। ਸਟਾਰ ਬਣ ਗਿਆ ਜਦੋਂ, ਉਦੋਂ ਬਾਅਦ ਵੀ ਉਹੀ ਉਹ ਰਜੀ ਸੀ ਸੁਭਾਅ ਉਹਦਾ। ਗਰੀਬ ਨੂੰ ਪਹਿਲਾਂ ਮਿਲਦਾ ਸੀ, ਐਂ ਨਹੀਂ ਤਕੜੇ ਨੂੰ ਮਿਲਣਾ ਮੈਂ ਜੀ। ਇਨਸਾਨ ਹਰੇਕ ਨੂੰ ਬਰਾਬਰ ਦਾ ਸਮਝਦਾ, ਹਾਂ ਕੋਈ ਉਹਨੂੰ ਐਂ ਨਹੀਂ ਗਰੀਬ ਹੈ ਵੀ ਅਮੀਰ ਹੈ, ਇਹੋ ਜਿਹਾ ਉਹਦੇ ਦਿਲ 'ਚ ਨਹੀਂ ਸੀ। ਆਮ ਹੀ ਆਹ ਟੋਬੇ 'ਤੇ ਬਹਿ ਜਾਂਦਾ, ਖੁੰਡ 'ਤੇ ਬਹਿ ਗਿਆ ਕਦੇ ਕਾਹੇ 'ਤੇ, ਕੋਈ ਸਟਾਰਾਂ ਵਾਲੀ ਉਹ 'ਚ ਗੱਲ ਨਹੀਂ ਸੀ ਵੀ ਮੈਂ ਜਾਂ ਹਵਾ ਕਰਾਂ ਪਿੰਡ 'ਚ, ਇਹੋ ਜਿਹਾ ਨਹੀਂ ਸੀਗਾ ਉਹ। ਅੱਛਾ, ਕਿਹੜੀ ਵਧੀਆ ਗੱਲ ਲੱਗਦੀ ਹੈ ਸਿੱਧੂ ਦੀ ਤੁਹਾਨੂੰ ਸਭ ਤੋਂ? ਵਧੀਆ ਉਹ 'ਚ ਹੰਕਾਰ ਨਹੀਂ ਸੀ ਵੀ ਪਿੰਡ ਦੇ ਲੋਕਾਂ 'ਤੇ ਹਵਾ ਕਰਾਂ ਮੈਂ, ਉਹ ਹੰਕਾਰ ਹੈ ਹੀ ਨਹੀਂ ਸੀ ਉਹ 'ਚ। ਸਟਾਰ ਬਣਨ ਤੋਂ ਬਾਅਦ ਕਿਹੜੀ ਗੱਲਾਂ ਉਹਨਾਂ ਦੇ ਵਿੱਚ ਲੱਗਿਆ ਤੁਹਾਨੂੰ ਕਿ ਬਦਲਾਅ ਹੋਇਆ? ਨਾ ਬਦਲਿਆ ਕੋਈ ਨਹੀਂ, ਉਹ ਉੱਦਾਂ ਦਾ ਹੀ ਸੀ ਜਿੱਦਾਂ ਦਾ ਪਹਿਲਾਂ ਸੀ, ਵਧੀਆ ਸਾਰਾ ਇੱਥੇ ਹੀ ਬੈਠਾ ਰਹਿੰਦਾ, ਸਾਰਿਆਂ ਨਾਲ ਗੱਲਾਂ ਹੱਸ ਖੇਡ ਕੇ ਜਾਂਦਾ, ਵਧੀਆ ਲੜੀ ਨਹੀਂ ਅੱਜ ਤੱਕ ਕਿਸੇ ਨਾਲ ਉਹ ਪਿੰਡ 'ਚ। ਕੋਈ ਗੱਲਬਾਤ, ਕੋਈ ਕਿੱਸਾ ਉਹਨਾਂ ਦੇ ਨਾਲ ਕੋਈ ਸਾਂਝਾ ਕਰੋਗੇ ਜਿਹੜੀ ਤੁਹਾਡੇ ਨਾਲ ਅੱਜ ਵੀ ਦਿਲ ਖੁਸ਼ ਹੁੰਦਾ? ਯਾਰ ਸਿੱਧੂ ਨੇ ਇਹ ਗੱਲ ਕਰੀ ਸੀ ਮੇਰੇ ਵਾਰੀ ਆਪਦੀ ਗੱਡੀ 'ਚ ਰੇਂਜ ਰੋਵਰ 'ਚ ਚੜ੍ਹਾ ਕੇ ਮੈਨੂੰ ਮਾਨਸਾ ਗੇੜਾ ਦਵਾਇਆ, ਜੇ ਬੈਠਾ ਹੁੰਦਾ ਹਰੇਕ ਨੂੰ ਲੈ ਜਾਂਦਾ ਵੀ ਆ ਜਾ ਤੈਨੂੰ ਗੇੜਾ ਦਵਾ ਲਿਆਵਾਂ, ਮੈਂ ਇੱਥੇ ਬੈਠਾ ਮੈਨੂੰ ਲੈ ਗਿਆ, ਹੋਰ ਕੋਈ ਬੈਠਾ ਉਹਨੂੰ ਲੈ ਗਿਆ, ਕੋਈ ਇਹ ਮਨ 'ਚ ਐਂ ਨਹੀਂ ਸੀ ਵੀ ਮੈਂ ਇਹਨਾਂ ਨੂੰ ਕਿਉਂ ਚੜ੍ਹਾਵਾਂ, ਕਦੇ ਟਰੈਕਟ 'ਤੇ ਲੈ ਗਿਆ ਚੜ੍ਹਾ ਕੇ ਸਾਨੂੰ, ਕਦੇ ਗੱਡੀ 'ਤੇ, ਕੋਈ ਐਂ ਨਹੀਂ ਸੀ ਵੀ ਮਹਿੰਗੀਆਂ ਗੱਡੀਆਂ 'ਚ ਹਰੇਕ ਨੂੰ ਚੜ੍ਹਾ ਕੇ ਲਿਜਾਂਦਾ।
ਕੀ ਗੱਲਾਂ ਬਾਤਾਂ ਹੁੰਦੀਆਂ ਸੀ? ਗੱਲਾਂ ਬਾਤਾਂ ਬਸ ਆਮ ਹੀ ਵੀ ਤੂੰ ਹੀ ਕੰਮ ਕਰਿਆ ਕਰੋ ਵਧੀਆ, ਨਸ਼ੇ ਪੱਤੇ ਨਾ ਕਰਿਆ ਕਰੋ, ਇਹ ਹੀ ਸੇਧ ਦਿੰਦਾ ਸੀਗਾ ਵੀ ਨਸ਼ੇ ਪੱਤੇ ਵਾਲੇ ਦੇ ਖਿਲਾਫ ਸੀਗਾ। ਬਹੁਤ ਵਧੀਆ ਲੱਗਿਆ, ਸੋ ਵੀਰ ਨਾਲ ਵੀ ਗੱਲਬਾਤ ਕਰਾਂਗੇ ਇੱਧਰ ਨੂੰ। ਅੱਛਾ ਅੱਛਾ ਬਾਪੂ ਜੀ ਤੁਸੀਂ ਦੱਸੋ, ਕੋਈ ਗੱਲ ਨਹੀਂ। ਅੱਛਾ ਅੱਛਾ ਵੀਰ ਜੀ ਤੁਸੀਂ ਦੱਸੋ ਕਿੱਦਾਂ ਦੀ ਯਾਦਾਂ ਨੇ ਸਿੱਧੂ ਦੇ ਨਾਲ? ਸਿੱਧੂ ਨਾਲ ਤਾਂ ਯਾਦਾਂ ਬਸ ਉਹਦੇ ਨਾਲ ਹੀ ਰਹਿ ਗਈਆਂ ਹੁਣ। ਯਾਦਾਂ ਤਾਂ ਬਸ ਵੀਰ ਨੇ ਦੱਸਤਾ, ਮਿਲਦਾ ਸੀ ਸਾਰਿਆਂ ਨੂੰ, ਮਿਲਦਾ ਸਾਰਿਆਂ ਨੂੰ ਇੱਕ ਹੀ ਸਮਝਦਾ ਸੀ, ਤਕੜੇ ਮਾੜੇ ਨੂੰ ਸਾਰਿਆਂ ਨੂੰ ਇੱਕ ਹੀ ਸਮਝਦਾ ਸੀ। ਅੱਛਾ ਸਿੱਧੂ ਨੂੰ ਕੀ ਕੀ ਨਾਂ ਤੋਂ ਬੁਲਾਉਂਦੇ ਸੀ ਜਿਸ ਟਾਈਮ ਸਟਾਰ ਨਹੀਂ ਸੀ? ਗੱਗੂ ਕਹਿੰਦੇ, ਗੱਗੂ ਛੋਟਾ, ਗੱਗੂ ਛੋਟਾ ਨਾ, ਗੱਗੂ ਕਹਿ ਕੇ ਬੁਲਾਉਂਦੇ ਸੀ। ਕੀ ਕੀ ਸ਼ੌਂਕ ਸੀ ਉਹਨਾਂ ਦੇ? ਸ਼ੌਂਕ ਤਾਂ ਖੇਤੀ ਦਾ ਸ਼ੌਂਕ ਸੀਗਾ, ਟਰੈਕਟਰ ਦਾ ਸ਼ੌਂਕ ਸੀ। ਜੇ ਗਿਆ ਹੁੰਦਾ ਕਨੇਡਾ ਬਾਹਰ, ਉਹ ਫਿਰ ਵੀ ਕਹਿੰਦਾ ਵੀ ਦੋ ਦਿਨ ਬਾਹਰ ਨਾ ਬਾਹਰ ਹੋਜੇ, ਮੈਂ ਆ ਕੇ ਬਹਿਣਾ। ਖੇਡਣ ਦਾ ਸ਼ੌਂਕ ਸੀ, ਨਸ਼ਿਆਂ ਤੋਂ ਵਰਜਦਾ ਰਹਿੰਦਾ ਸਾਨੂੰ ਵੀ ਨਸ਼ਾ ਨਾ ਕਰਿਆ ਕਰੋ, ਆਹੀ ਸ਼ੌਂਕ ਸੀ ਇਹਦੇ। ਕਦੇ ਕੋਈ ਗੱਲ ਕਹੀ ਹੈ ਸਿੱਧੂ ਨੇ ਸਾਨੂੰ? ਗੱਲਾਂ ਤਾਂ ਕਹੀ ਜਾਂਦਾ, ਚੌੜ ਕਰਦੇ ਰਹਿੰਦਾ ਸਾਡੇ ਨਾਲ। ਹੋਲੀ ਖੇਡ ਕੇ ਗਿਆ, ਜਿੱਦਾਂ ਇੱਕ ਵਾਰ ਹੋਲੀ ਖੇਡੀ ਸੀ ਅਸੀਂ ਇੱਥੇ ਸਾਰਿਆਂ ਦੇ, ਕਿਸੇ ਨੂੰ ਟਾਬੇ ਡੋਦਾ ਕਿਸੇ ਦੇ, ਚੌੜ ਤਾਂ ਕਰੀ ਜਾਂਦਾ ਰਹਿੰਦਾ। ਅੱਛਾ ਹੋਲੀ ਟਾਈਮ ਕਿਹੜੀ ਯਾਦ ਸੀ ਇਹਦਾ? ਤੁਸੀਂ ਕਹਿ ਰਹੇ ਟਾਪੇ ਡਬੋਦਾ, ਉਹ ਕਿਸ ਤਰ੍ਹਾਂ ਦਾ ਮਾਹੌਲ? ਬਸ ਇਕੱਠੇ ਮੁੰਡੇ ਹੋਏ ਸੀਗੇ, ਮੁੰਡੇ ਇਕੱਠੇ ਹੋਇਆਂ 'ਚ ਜਿਵੇਂ ਹੁੰਦਾ ਸੀ, ਕਿਸੇ ਦਾ ਕੁੜਤਾ ਲਾਤਾ, ਕਿਸੇ ਦਾ ਪਰਨਾ ਭਿਉਂ ਕੇ ਉਹ ਕਰਤਾ, ਸ਼ਰਾਰਤਾਂ ਕਰਦੇ ਸੀ, ਸ਼ਰਾਰਤਾਂ ਕਰਦੇ ਸੀਗੇ ਇਕੱਠੇ ਹੋ ਗਏ। ਹੋਰ ਤਾਂ ਕੀ ਕਰਨਾ ਸੀ, ਬਸ ਆਹੀ ਯਾਦਾਂ ਨੇ। ਅੱਛਾ ਜਿਸ ਟਾਈਮ ਸਟਾਰ ਬਣ ਗਏ ਸੀ, ਫਿਰ ਉਸ ਤੋਂ ਬਾਅਦ ਫਿਰ ਉਹ ਮਾਹੌਲ ਬਣਿਆ, ਫਿਰ ਉਹ ਜਿੱਦਾਂ ਹਾਸੀ ਖੇਡੇ ਦਾ ਮਾਹੌਲ? ਹਾਸਾ ਖੇਡਦਾ ਉਸ ਰੋਡ ਸੀ, ਵੱਡੇ ਬਣਿਆ ਤਾਂ ਗੱਲ ਹੈ ਨਹੀਂ ਸੀਗੀ, ਇੱਥੇ ਹੀ ਬਹਿ ਜਾਂਦਾ ਆ ਕੇ, ਕਿਤੇ ਗੱਡੀ ਚੜ੍ਹਾ ਕੇ ਲੈਣ, ਸਾਰੀਆਂ ਗੱਡੀਆਂ ਚੜ੍ਹੇ ਹੋਇਆ ਸੀ, ਜੀ ਵੈਗਨ, ਰੇਂਜ ਓਵਰ, ਫਰਾਰੀ, ਮਾਨਸਾ ਵੀ ਜਾਂਦੇ ਰਹੇ ਹਾਂ। ਸ਼ੋਅ 'ਤੇ ਨਹੀਂ ਗਏ, ਸ਼ੋਅ 'ਤੇ ਤਾਂ ਡਿੱਬੇ ਗਏ ਹਾਂ, ਗੱਲੇ ਡਿੱਬੇ ਸ਼ੋਅ 'ਤੇ ਗਏ ਸੀ। ਸੋਚਿਆ ਸੀ ਕਿ ਤੁਸੀਂ ਐਡੀ ਐਡੀ ਗੱਡੀਆਂ 'ਚ ਘੁੰਮੋਗੇ? ਨਾ ਸੋਚਿਆ ਨਹੀਂ ਸੀ, ਜਿਹੜੀ ਸਾਰੀ ਗੱਡੀਆਂ 'ਚ ਘੁੰਮਾਇਆ, ਮਾੜੀਆਂ ਗੱਡੀਆਂ ਦਾ ਫੀਲਿੰਗ ਆਉਣੋਂ ਹਟ ਗਈ ਸਾਨੂੰ। ਅੱਛਾ ਸਿੱਧੂ ਆਪਣੇ ਵਿਚਕਾਰ ਨਹੀਂ ਹੈਗੇ ਤਾਂ ਕਿੱਦਾਂ ਦੀ ਯਾਦ ਆਉਂਦੀ ਹੈ, ਕਿਹੜੇ ਕਿਹੜੇ? ਇੱਥੇ ਹੁਣ 1000 ਬੰਦਾ ਮਰ ਗਿਆ, ਕਿਸੇ ਦੇ ਪਿੱਛੇ ਕੋਈ ਵੀ ਨਹੀਂ ਆਉਂਦਾ, ਉਹਦੇ ਪਿੱਛੇ ਹੁਣ ਵੀ ਆ ਗੱਡੀਆਂ ਖੜੀਆਂ ਨੇਗੀਆਂ, 10 ਗੱਡੀਆਂ ਆ ਕੇ ਵਗ ਗਈਆਂ, ਕਿਸੇ ਨੂੰ ਕੌਣ ਯਾਦ ਕਰਦਾ, ਘਰਦੇ ਨੂੰ ਅਗਲਾ ਕਰਦਾ ਯਾਦ ਆ। ਅੱਛਾ ਕੋਈ ਇੱਦਾਂ ਦੀ ਯਾਦ, ਕੋਈ ਕਿੱਸਾ ਤੁਹਾਡੇ ਨਾਲ ਹੋਵੇ? ਕਿੱਸਾ ਯਾਦ ਵਾਹਣ ਵਗ ਜਾਂਦਾ, ਹਥਿਆਰ ਸਾਨੂੰ ਫੜਾਉਣ ਦਾ, ਨਾ ਸਾਨੂੰ ਚਲਾਉਣਾ ਨਹੀਂ ਆਉਂਦਾ ਸੀ, ਕਰਨਾ ਨਹੀਂ ਆਉਂਦਾ ਸੀ, ਨਾਲ ਬੈਠੇ ਰਹਿੰਦੇ। ਕਿਹੜਾ ਹਥਿਆਰ ਫੜਾਉਂਦੇ ਸੀ? ਰਿਵਾਲਵਰ ਫੜਾਉਣ ਦਾ, ਕੋਲ ਬੈਠਾ ਬਸ ਟਰੈਕਟਰ 'ਤੇ ਆ ਬਾਹੀ ਜਾਂਦਾ, ਅਸੀਂ ਬੈਠੇ ਰਹਿੰਦੇ। ਤੁਹਾਨੂੰ ਕੀ ਕਹਿੰਦਾ ਸੀ ਹਥਿਆਰ ਦੇ ਕੇ? ਹਥਿਆਰ ਬਸ ਨਾਲ ਬਸ ਸਾਂਭ ਕੇ ਰੱਖ ਲਓ ਵੀ ਬੈਠੇ ਰਹੋ, ਨਾਲ ਹੀ ਬਾਹੀ ਜਾਂਦਾ ਰਹਿੰਦਾ ਟਰੈਕਟਰ, ਤਾਂ ਕੀ ਕਹਿਣਾ ਸੀ। ਹਥਿਆਰ ਵੀ ਚੱਕੇ ਨੇ ਤੁਸੀਂ ਫਿਰ ਉਹਨਾਂ ਦੇ? ਚੱਕੇ ਨੇਗੇ, ਉਹ ਸਾਂਭੇ ਨੇਗੇ, ਸਾਂਭੇ ਨੇ, ਉੱਦਾਂ ਮੈਂ ਉਹੀ ਗੱਲ ਕਹਿ ਰਿਹਾ, ਦੇਖੋ ਕਦੇ ਕਦੇ ਦੇਖੇ ਨਹੀਂ, ਹਰ ਚਲਾਏ ਨੇ, ਹੱਥ ਲਾ ਕੇ ਨਹੀਂ ਦੇਖਣਾ ਸੀ ਉਹੋ ਜਿਹੇ ਚੀਜ਼ਾਂ ਨੂੰ ਹੱਥ ਲਵਾ ਤੇ। ਮਾਣ ਮਹਿਸੂਸ ਹੁੰਦਾ? ਮਾਣ ਮਹਿਸੂਸ ਤਾਂ ਹੁੰਦਾ ਹੀ ਆ, ਵੱਡੀ ਗੱਲ, ਰੋਡਾਂ ਗੱਡੀਆਂ 'ਚ ਬੈਠਣਾ। ਸੋ ਫਿਰ ਤੁਹਾਡੇ ਨਾਲ ਫਿਰ ਆਪਾਂ ਗੱਲ ਕਰਾਂਗੇ, ਫਿਰ ਉੱਪਰੇ ਬੈਠ ਜਾਂਦੇ ਹਾਂ। ਅੱਛਾ ਹੁਣ ਦੱਸੋ, ਅੱਛਾ ਕੀ ਗੱਲਾਂ ਬਾਤਾਂ ਹੋਰ ਉਸ ਤੋਂ ਬਾਅਦ, ਜਿਸ ਤਰ੍ਹਾਂ ਤੁਸੀਂ ਹੋਲੀ ਦੀ ਗੱਲਾਂ ਕਰ ਰਹੇ ਸੀ, ਯਾਨੀ ਖੇਡਦੇ ਸੀ? ਉਹ ਚੌੜ ਕਰਦਾ ਹਰੇਕ ਨੂੰ, ਬੱਚੇ ਨੂੰ ਵੀ ਪਿਆਰ ਨਾਲ ਬੁਲਾਉਂਦਾ ਸੀ, ਵੱਡੇ ਨੂੰ ਵੀ, ਕਿਸੇ ਦੇ ਮੂਹਰੇ ਬੋਲਦਾ ਨਹੀਂ ਸੀ ਵੀ ਕਿਸੇ ਨੂੰ ਬੇਇੱਜ਼ਤੀ ਕਰੇ ਜਾਂ ਕਿਸੇ ਦੀ, ਹਾਸੀ ਚੌੜ ਕਰਦਾ ਮਜ਼ਾਕ। ਕਿੱਦਾਂ ਦੀ ਹੁੰਦੀ ਸੀ ਉਹ ਚੌੜ ਹਾਸੀ ਖੇਡ? ਬਸ ਵੀ ਨਿੱਕਿਆ ਤੂੰ ਦਾਰੂ ਨਾ ਪੀਆ ਕਰ ਯਾਰ, ਵੀ ਰਿਹਾ ਤੂੰ, ਇੱਕ ਸਾਡੇ ਮੁੰਡਾ ਇੱਥੇ ਦਾਰੂ ਵਾਲੀ ਪੀਂਦਾ, ਉਹਨੂੰ ਕਹਿੰਦਾ ਦਿਨੇ ਨਾ ਪੀਆ ਕਰ, ਤੂੰ ਮਰ ਜਾਏਗਾ ਵੀ ਹਟ ਜਾ ਦਾਰੂ ਪੀਣੋ, ਅਤੇ ਉਹਨੂੰ ਬਥੇਰਾ ਸਮਝਾਉਂਦਾ, ਉਹ ਮੱਥਾ ਮਾਰੀ ਜਾਂਦਾ ਉਹਦੇ ਨਾਲ 20-20 ਮਿੰਟ, ਅਤੇ ਉਹਨੇ ਹੁਣ ਦਾਰੂ ਵਾਲਾ ਕਾਹਨੂੰ ਹਟਦਾ ਹੁੰਦਾ,
ਤੇ ਹਰੇਕ ਨੂੰ ਸਮਝਾਉਂਦਾ ਵੀ ਨਸ਼ਾ ਨਾ ਕਰੋ। ਵਧੀਆ ਸਿੱਧੂ ਕੋਲੇ ਹਥਿਆਰ ਸੀ ਜਿੱਦਾਂ ਵੀਰ ਨੇ ਦੱਸਿਆ, ਤੁਹਾਨੂੰ ਦਿਖਾਏ ਨੇ ਉਹਨਾਂ ਨੇ ਹਥਿਆਰ? ਹਥਿਆਰ ਤਾਂ ਰੱਖਦਾ ਸੀ ਆਪਦੇ ਕੋਲੇ, ਲਾਇਸੈਂਸੀ ਆਪਦਾ, ਉਹਦਾ ਆਪਦੀ ਸੇਫਟੀ ਖਾਤਰ ਰੱਖਣਾ ਹੀ ਪੈਂਦਾ ਉਹਨੂੰ। ਹੋਰ ਕਿਹੜੀ ਗੱਲਾਂ ਸੀ ਉਹਨਾਂ ਦੇ ਵਿੱਚ ਖਾਸ ਜਿਹੜੀਆਂ ਪਿੱਛੇ ਅੱਜ ਵੀ ਸਿੱਧੂ ਦਿਲਾਂ 'ਚ ਘਰ ਕੀਤਾ ਹੋਇਆ ਹਰ ਕਿਸੇ? ਉਹ 'ਚ ਹੰਕਾਰ ਨਹੀਂ ਸੀਗਾ ਬੰਦੇ 'ਚ ਵੀ ਮੈਂ ਵੱਡਾ ਵੱਡਾ ਗਾ, ਮੈਂ ਸਟਾਰ ਹਾਂ, ਉਹ ਹੰਕਾਰ ਨਹੀਂ ਸੀ। ਬਸ ਉਹ ਖੇਤੀ ਦਾ ਸ਼ੌਕੀਨ ਸੀ ਵੀ ਮੈਂ ਵਾਹਾਂ ਕਿਸੇ ਦੇ ਵਾਹੁਣ ਵੱਗ ਗਿਆ, ਜਿਵੇਂ ਕਿਸੇ ਕੋਲ ਟਰੈਕਟਰ ਨਹੀਂ ਕਹਿੰਦਾ ਮੈਂ ਵਾਹਿਆ ਉਹਨਾਂ ਯਾਰ, ਐਂ ਵਾਹੁਣ ਵੱਗ ਜਾਂਦਾ। ਹੁਣ ਟਰੈਕਟਰ ਚਲਾਉਣ ਦਾ ਸ਼ੌਂਕ ਸੀ 9-11 ਦਾ, ਵੱਧ ਸ਼ੌਂਕ ਸੀ 9-11 ਦਾ। ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਸੋ ਕੋਸ਼ਿਸ਼ ਕਰਦੇ ਹਾਂ ਬਾਪੂ ਹੋਰਾਂ ਨਾਲ ਵੀ ਗੱਲ ਕਰਨ ਦੀ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੀ ਕਿਸ ਤਰ੍ਹਾਂ ਦੇਖਦੇ ਹੋ, ਤੁਹਾਡੇ ਤਾਂ ਸ਼ਾਇਦ ਇੱਥੇ ਬਚਪਨ ਦੇਖਿਆ ਤੁਸੀਂ ਉਹਨਾਂ ਦਾ, ਹੈ ਨਾ? ਕਿੱਦਾਂ ਦਾ ਬਚਪਨ ਸੀ ਸਿੱਧੂ ਦਾ ਵੈਸੇ, ਕੀ ਲੱਗਦੇ ਹੋ ਤੁਸੀਂ? ਮੈਂ ਤਾਂ ਤਾਇਆ ਲੱਗਦਾ ਸੀ, ਉਹ ਗੱਲ ਨਿਕਲਦੀ ਨਹੀਂ ਮੂੰਹ ਚੋਂ, ਰੋਣ ਆ ਜਾਂਦਾ। ਬਚਪਨ ਕਿੱਦਾਂ ਦਾ ਸੀ ਸਿੱਧੂ ਦਾ? ਬਚਪਨ ਹੁਣ ਕੀ ਦੱਸੀਏ ਵੀ ਕੀ ਹੋ ਗਿਆ, ਕੀ ਬਹਾਣਾ ਵਰਤ ਗਿਆ, ਠੀਕ ਹੈ ਜਿਹੜਾ ਕੁਛ ਹੋ ਗਿਆ। ਤੁਹਾਨੂੰ ਕਿੰਨਾ ਕੁ ਪਿਆਰ ਕਰਦਾ ਸੀ ਤਾਇਓ ਜੀ ਨੇ? ਪਿਆਰ ਬਥੇਰਾ ਕਰਦਾ ਸੀਗਾ, ਜਿੰਨਾ ਵੀ ਕਹਿ ਦਈਏ ਓਨਾ ਹੀ ਕਰਦਾ ਸੀ। ਸਟਾਰ ਤੋਂ ਪਹਿਲਾਂ ਜਿਸ ਟਾਈਮ ਸਟਾਰ ਨਹੀਂ ਸੀ, ਕਿੱਦਾਂ ਦੀ ਗੱਲਾਂ ਬਾਤਾਂ ਹੁੰਦੀਆਂ ਸੀ ਉਹਦੇ ਨਾਲ? ਇੱਥੇ ਘਰਾਂ 'ਚ ਹੀ ਤੁਰਿਆ ਫਿਰਦਾ, ਸਾਡੇ ਕੋਲੇ ਕਦੇ ਕਿਸੇ ਕੋਲੇ ਖੇਡਦਾ ਹੱਸਦਾ ਵੱਗ ਗਿਆ, ਕਦੇ ਕਿਸੇ ਕੋਲੇ ਵੱਗ ਗਿਆ, ਕਦੇ ਬਾਬੇ ਕੋਲੇ ਵੱਗ ਗਿਆ, ਕਦੇ ਅੰਬੋ ਕੋਲੇ ਵੱਗ ਗਿਆ, ਐਂ ਚੌੜ ਕਰਦਾ ਤੁਰਿਆ ਫਿਰਦਾ। ਅੱਛਾ, ਫਿਰ ਜਿਸ ਟਾਈਮ ਉਹ ਸਟਾਰ ਬਣ ਗਏ ਸੀ, ਕਦੇ ਤੁਹਾਨੂੰ ਕਿਹਾ ਕਿ ਚਲੋ ਤਾਇਆ ਜੀ ਘੁਮਾ ਲਿਆਈਏ ਕਿਤੇ, ਘੁੰਮ ਆਈਏ, ਕੀ ਗੱਲਾਂ ਹੁੰਦੀਆਂ? ਛੋਟੇ ਬੱਚਿਆਂ ਨੂੰ ਮੇਰੇ ਮੁੰਡੇ ਨੂੰ ਲੈ ਜਾਂਦਾ ਸੀ ਨਾਲ, ਮੈਂ ਤਾਂ ਫਿਰ ਉਹ ਵੱਡਾ ਸੀ, ਉਹਨਾਂ ਦਾ ਹਾਸੇ ਖੇਡਣ ਦਾ ਮਜ਼ਾਕ ਦਾ ਲੋਟ ਨਹੀਂ ਆਉਂਦਾ ਸੀਗਾ, ਮੇਰੇ ਤੋਂ ਸੰਗੀਤ ਮੰਨਦਾ ਸੀਗਾ, ਉਹ ਜਵਾਕਾਂ ਨੂੰ ਲੈ ਜਾਂਦਾ ਸੀਗਾ। ਹੁਣ 2 ਸਾਲ ਹੋ ਗਏ ਨੇ, ਲੱਗਦਾ ਕਿ 2 ਸਾਲ ਹੋ ਗਏ ਨੇ ਕਿ ਸਿੱਧੂ ਆਪਣੇ ਵਿੱਚ ਨਹੀਂ ਰਹੇ? ਲੱਗਦਾ ਤਾਂ ਹੈਗਾ, ਹੁਣ ਰੋਜ਼ ਹੀ ਚੁੱਪ ਕਰਕੇ ਬਹਿ ਜਾਂਦੇ ਹਾਂ ਜਦੋਂ ਜਾਂਦੇ ਹਾਂ ਉੱਧਰ। ਕਦੇ ਸੋਚਿਆ ਸੀ ਕਿ ਤੁਹਾਡਾ ਪਿੰਡ ਇਸ ਮੁਕਾਮ ਤੱਕ ਪਹੁੰਚ ਜਾਏਗਾ? ਨਹੀਂ, ਉਸੇ ਨੇ ਪਹੁੰਚਾਇਆ ਸਿੱਧੂ ਨੇ। ਕਿੰਨੇ ਕੁ ਲੋਕ ਆ ਜਾਂਦੇ ਨੇ ਮਿਲਣ ਲਈ? ਮਿਲਣ ਤਾਂ ਇੱਥੇ 100-100 ਗੱਡੀ, 200-200 ਗੱਡੀ ਖੜੀ ਰਹਿੰਦੀ, ਅੱਜ ਐਤਵਾਰ ਨੂੰ ਵੀ 200 ਆਊਗੀ, 1000-2000 ਬੰਦਾ ਆਊਗਾ, ਦੇਖ ਦੇਖ ਚੀਜ਼ਾਂ ਮੁੜੀ ਜਾਣਗੇ। ਉਹਨਾਂ ਦੀ ਕੋਈ ਸਿੱਧੂ ਦੀ ਯਾਦ, ਕੋਈ ਗੱਲਬਾਤ ਕਿ ਜਿਹੜੀ ਅੱਜ ਵੀ ਯਾਦ ਆਉਂਦੀ ਹੈ ਕਿ ਤੁਹਾਨੂੰ ਕਹੀ ਹੋਵੇ? ਰਾਤੀ ਆਉਂਦੇ ਨੇ ਲੋਕ, ਹੋਰ ਇੱਥੇ ਕੀ? ਤੁਹਾਨੂੰ ਤੁਹਾਡੇ ਨਾਲ ਕੋਈ ਕੋਈ ਕਿੱਸਾ ਸਾਂਝਾ ਕਿ ਅੱਜ ਵੀ ਤੁਹਾਨੂੰ ਪਤਾ ਹੋਵੇ ਕਿ ਬੱਚੇ ਨੇ ਇਹ ਗੱਲ ਕਹੀ ਸੀ ਕਿ ਉਸ ਸਮੇਂ ਸ਼ਰਾਰਤ ਕੀਤੀ ਸੀ ਜਾਂ ਪਿਆਰ ਕੀਤਾ ਸੀ? ਸ਼ਰਾਰਤ ਤਾਂ ਜਿੱਦੇ ਇਮਤਿਹਾਨ ਗਿਆ ਪੇਪਰ ਦੇਣ ਗਿਆ, ਉਦੇ ਮੇਰੇ ਕੋਲ ਆਇਆ ਸੀਗਾ, ਕਹਿੰਦਾ ਛੋਲੇ ਕੁੱਟਣ ਵਾਲਿਆਂ ਨੂੰ ਕੀ ਸੰਦ ਨੂੰ ਕਹਿੰਦੇ ਹੁੰਦੇ, 4 ਸਿੰਗੜੇ ਨੂੰ, ਮੈਂ ਕਿਹਾ ਦਸਾਂਗਾ ਕਹਿੰਦੇ ਉਹਨੂੰ, ਫਿਰ ਜਿਹੜੀ 7 ਸਿੰਗੜਾਂ ਵਾਲੀ ਹੁੰਦੀ ਉਹ ਤੰਗਲੀ ਕਹਿ ਦਿੰਦੇ ਆ ਖੇਤੀ ਦੇ ਸੰਦਾਂ ਦੀ, ਪੁੱਛਦਾ ਸੀ। ਅਤੇ ਇੱਕ ਜੱਫਾ ਹੁੰਦਾ, ਉਹਦੇ ਉੱਤੇ ਕਿੱਲ ਲੱਗਿਆ ਹੁੰਦਾ, ਉਹ ਸਾਲੰਗ ਕਹਿ ਦਿੰਦੇ, ਹਾਂ ਉਹ ਪੁੱਛ ਕੇ ਗਿਆ ਸੀਗਾ। ਅਤੇ ਇੱਕ ਖਲੀਆਂ ਪੱਟਣ ਵਾਲਾ ਹੁੰਦਾ, ਬਘਿਆੜ ਕਹਿ ਦਿੰਦੇ ਉਹਨੂੰ, 2 ਸਿੰਗੜ ਹੁੰਦੇ ਉਹਦੇ ਬਾਹਾਂ ਹੁੰਦਾ ਐਡਾ, ਉਹਨੂੰ ਬਘਿਆੜ ਕਹਿ ਦਿੰਦੇ, ਆਹ ਚੀਜ਼ਾਂ ਜੀਆਂ ਪੁੱਛ ਕੇ ਗਿਆ ਸੀਗਾ। ਪੇਪਰ ਦੇ ਕੇ ਜਿਸ ਟਾਈਮ ਆਏ ਫਿਰ ਕੀ ਕਿਹਾ ਕਿ ਮੇਰਾ ਪੇਪਰ ਵਧੀਆ ਹੋ ਗਿਆ? ਹਾਂ ਪੇਪਰ ਕਹਿੰਦਾ ਠੀਕ ਹੋ ਗਿਆ, ਉਹ ਜਿਹੜੀਆਂ ਚੀਜ਼ਾਂ ਮੈਨੂੰ ਪੁੱਛਦੇ ਸੀ ਮੈਂ ਦੱਸਤੀਆਂ, ਗੱਡਾ ਹੁੰਦਾ ਮੈਂ ਕਿਹਾ 2 ਬਲਦ ਜੁੜਦੇ ਹੁੰਦੇ ਉਹ 'ਚ, ਉਹਨਾਂ 'ਤੇ ਲਾਂਘਾ ਢੋਂਦੇ, ਹੁਣ ਤਾਂ ਟਰੈਕਟਰ ਹੋ ਗਏ, ਸਾਰੀਆਂ ਚੀਜ਼ਾਂ ਪੁੱਛ ਕੇ ਵੱਗ ਗਿਆ।
ਅੱਛਾ, ਆਖਰੀ ਮੁਲਾਕਾਤ ਕਦ ਸੀ? ਆਖਰੀ ਤਾਂ ਮੁਲਾਕਾਤ ਉਦੋਂ ਦਾ ਮਿਸਤਰੀ ਲੱਗਿਆ ਸੀ ਮੇਰੇ ਕੋਲ, ਜਮਾਂ ਮੌਕੇ ਦੀ ਨਹੀਂ ਹੋਈ ਹੈਗੀ, 2-4 ਦਿਨ ਪਹਿਲਾਂ ਤਾਂ ਗੱਲਾਂ ਕਰੀਆਂ ਉਹਨਾਂ, ਜਦੋਂ ਟੱਕਰ ਦਾ ਫਤਿਹ ਬੁਲਾ ਕੇ ਜਾਂਦਾ ਰਾਜ। ਗੱਲਬਾਤ ਹੋਈ ਸੀ ਕੋਈ ਉਸ ਸਮੇਂ ਜਿਸ ਟਾਈਮ ਤੁਹਾਨੂੰ ਪਤਾ ਕਿ ਆਖਰੀ ਮੁਲਾਕਾਤ ਸੀ 2-4 ਦਿਨ ਪਹਿਲਾਂ? ਉਦੋਂ ਤਾਂ ਉਹਨੇ ਫਿਰ ਐਡੀਆਂ ਗੱਲਾਂ ਸੀ ਉਹ ਕਰਨੀ ਕਰਦੇ ਸੀਗੇ ਬਸ, ਅਤੇ ਬੱਚਿਆਂ ਨਾਲ ਥੋੜ੍ਹਾ ਜਿਹਾ ਵੱਧ ਪਿਆਰ ਕਰਦਾ ਸੀਗਾ, ਸਾਨੂੰ ਤਾਂ ਜਦੋਂ ਕੋਈ ਟਾਈਮ ਲੱਗਦਾ ਉਦੋਂ ਹੀ ਕਰਦਾ। ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ, ਸੋ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਦੇਖੋ ਕਿ ਉਸ ਸਮੇਂ ਜੋ ਬਚਪਨ ਕਿੱਦਾਂ ਦਾ ਸੀ, ਸੋ ਦੱਸਿਆ ਤਾਊ ਜੀ ਨੇ ਉਹਨਾਂ ਦੇ ਕਿ ਜਿਸ ਟਾਈਮ ਲੁਧਿਆਣੇ ਪੇਪਰ ਸੀ, ਜੋ ਸੰਦ ਹੁੰਦੇ ਨੇ ਉਹਨਾਂ ਦੇ ਨਾਂ ਦੱਸੇ ਜ਼ਿਮੀਂਦਾਰਾਂ ਦੇ, ਕਿ ਕਿਸ ਤਰ੍ਹਾਂ ਜ਼ਮੀਨਾਂ ਵਾਹਣ ਵਾਲੇ, ਖਾਣੇ ਬਣਾਉਣ ਵਾਲੇ ਜਿਹੜੇ ਸੰਦ ਸੀ ਉਹਨਾਂ ਬਾਰੇ ਜ਼ਿਕਰ ਕੀਤਾ, ਕਿ ਉਹ ਪੇਪਰ ਦੇਣ ਲੱਗੇ ਸਿੱਧੂ ਮੂਸੇਵਾਲੇ ਨੇ ਜਾਣ ਤੋਂ ਪਹਿਲਾਂ ਆਪਣੇ ਤਾਇਆ ਜੀ ਨਾਲ ਗੱਲਬਾਤ ਕੀਤੀ। ਸੋ ਇਸ ਸਮੇਂ ਅਸੀਂ ਸਿੱਧੂ ਮੂਸੇਵਾਲੇ ਦੀ ਦਾਦੀ ਜੀ ਦੇ ਨਾਲ ਗੱਲਬਾਤ ਕਰਾਂਗੇ। ਇਸ ਸਮੇਂ ਸਿੱਧੂ ਮੂਸੇਵਾਲੇ ਦੀ ਦਾਦੀ ਜੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਸਿੱਧੂ ਦੇ ਬਚਪਨ ਬਾਰੇ, ਕਿ ਕਿੱਦਾਂ ਦਾ ਸੀ ਸਿੱਧੂ ਦਾ ਬਚਪਨ, ਔਰ ਤਮਾਮ ਗੱਲਾਂ ਬਾਤਾਂ ਕਰਾਂਗੇ ਕਿ ਸਟਾਰ ਬਣਨ ਤੋਂ ਬਾਅਦ ਕਿੱਦਾਂ ਦਾ ਸੀ ਉਹਨਾਂ ਦਾ ਰਵੱਈਆ, ਅਤੇ ਅੱਜ ਕਿਸ ਤਰ੍ਹਾਂ ਦੇਖਦੇ ਨੇ ਉਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ ਤੁਸੀਂ? ਠੀਕ ਹੈ ਜੀ। ਕੀ ਨਾਂ ਤੁਹਾਡਾ ਜੀ? ਅਮਰਜੀਤ ਕੌਰ। ਅੱਛਾ ਮਾਤਾ ਜੀ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਤੁਹਾਡਾ ਜਿਹੜਾ ਪੋਤਰਾ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਸ਼ੁਰੂ ਤੋਂ ਗੱਲ ਕਰਾਂਗੇ, ਯਾਨੀ ਬਚਪਨ ਕਿੱਦਾਂ ਦਾ ਸੀ ਸਿੱਧੂ ਦਾ? ਬਚਪਨ ਬਹੁਤ ਵਧੀਆ ਸੀ ਜੀ, ਵਧੀਆ ਜੀ ਬਚਪਨ, ਚੰਗੇ ਗੁਜ਼ਾਰਿਆ ਸੀ। ਪਰ ਹੁਣ ਗੱਲ ਨਹੀਂ ਵੀ ਹੁੰਦੀ ਸਾਡੇ ਕੋਲੋਂ ਚਲਿਆ ਗਿਆ, ਦੁੱਖ ਭਾਵੇਂ ਸਾਡਾ ਬੱਚਾ ਦੁਬਾਰੇ ਆ ਗਿਆ, ਪਰ ਸਾਨੂੰ ਦੁੱਖ ਬਾਹਲਾ ਹੋ ਕਰਦਾ ਕਿ ਹੁਣ ਦੁੱਖ ਜੇ ਬੱਚ ਇੱਥਾ ਹੀ ਨੱਤੀ ਸਾਲ ਦਾ ਤੋਰਨਾ ਬਹੁਤ ਔਖਾ ਹੈ। ਅੱਜ ਵੀ ਫੋਟੋ ਦੇਖਦੇ ਹਾਂ, ਕੋਈ ਗੱਲਬਾਤ ਦੇਖਦੇ ਹਾਂ, ਪਰ ਸਾਡਾ ਮਨ ਭਰਿਆ ਹੁੰਦਾ, ਅਸੀਂ ਕੁਛ ਕਹਿ ਨਹੀਂ ਸਕਦੇ ਹੈਗੇ। ਤੁਹਾਡੇ ਨਾਲ ਕਿੱਦਾਂ ਸਮਾਂ ਬਿਤਾਉਂਦੇ ਸੀ ਬਚਪਨ 'ਚ? ਸਾਡੇ ਜਿਵੇਂ ਪੋਤਿਆਂ ਵਾਂਗੂ ਖੇਡਦਾ ਸੀ, ਗੋਦੀ ਚੱਕ ਕੇ ਖਿਡਾਇਆ ਵੀ ਸੀ, ਬਚਪਣਾ ਵੀ ਗੁਜ਼ਾਰਿਆ ਉਹਦਾ, ਉਮਰ ਬਣਾ ਵੀ ਦੇਖਿਆ, ਪਰ ਵਧੀਆ ਰਹਿੰਦਾ ਸੀ। ਪਰ ਹੁਣ ਸਾਡਾ ਤਾਂ ਉਹਨੇ ਜਮੀ ਦਮ ਖਿੱਚ ਲਿਆ, ਭਾਵੇਂ ਲੱਖ ਵਾਰੀ ਹੁਣ ਸਾਡਾ ਦੁਬਾਰੇ ਗੱਗੂ ਮੁੜ ਕੇ ਆ ਗਿਆ, ਪਰ ਸਾਡਾ ਉਹ ਸੰਨ ਨਹੀਂ ਰਲ ਰਿਹਾ। ਕੀ ਕਹਿੰਦੇ ਸੀ ਤੁਸੀਂ ਉਹਨੂੰ ਪਿਆਰ ਨਾਲ? ਪਿਆਰ ਨਾਲ ਗੱਗੂ ਕਹਿੰਦੇ ਤੇ ਸੀ, ਹਾਂ ਗੱਗੂ ਤੇ ਸਾਡਾ ਤਾਂ ਪਿਆਰ ਨਾਲ, ਹੁਣ ਤਾਂ ਸੋਧੀ ਵੀ ਸੀ, ਪਰ ਸਾਡਾ ਪਿਆਰ ਨਾਲ ਗੱਗੂ ਤੇ ਉਹ। ਅੱਛਾ, ਕਿੱਦਾਂ ਦੀ ਸ਼ਰਾਰਤਾਂ ਰਹਿੰਦੀਆਂ ਸੀ ਬਚਪਨ 'ਚ ਉਹਨਾਂ ਦੀ? ਸ਼ਰਾਰਤਾਂ ਬਾਹਲੀਆਂ ਨਹੀਂ ਸੀ ਕਰਦਾ, ਚੰਗੀਆਂ ਕਰਦਾ ਤੇ ਉਹ, ਆਪ ਵੀ ਬੱਚਿਆਂ ਨਾਲ ਨਹੀਂ ਇੰਨਾ ਜ਼ਿਆਦਾ ਚੌੜ ਕਰਦਾ ਸੀ, ਵਧੀਆ ਸਿਆਣਿਆਂ ਵਾਲੀਆਂ ਗੱਲਾਂ ਕਰਦਾ ਤੇ ਉਹ, ਬਚਪਣੇ ਤੋਂ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਅਤੇ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ, ਕੋਈ ਉਹਨੇ ਐਂ ਨਹੀਂ ਤਾਂ ਹੈਗਾ ਵੀ ਲੋਭੜ ਬਣੇ ਦੀਆਂ ਗੱਲਾਂ ਨਹੀਂ ਕਰਦਾ ਤੇ ਉਹ, ਅੱਜ ਉਹਦੀਆਂ ਗੱਲਾਂ ਯਾਦ ਆਉਂਦੀਆਂ ਨੇ, ਪਰ ਮਨ ਵੀ ਬਹੁਤ ਦੁਖੀ ਹੁੰਦਾ ਸਾਡਾ। ਅੱਛਾ, ਜਿਸ ਟਾਈਮ ਗੀਤ ਸ਼ੁਰੂ ਕੀਤੇ ਉਹਨਾਂ ਨੇ ਗਾਣੇ, ਤੁਹਾਨੂੰ ਕੀ ਕਹਿੰਦਾ ਹੁੰਦਾ ਸੀ ਕਿ ਮੇਰਾ ਇਹ ਗੀਤ ਆ ਗਿਆ, ਤੁਹਾਨੂੰ ਸੁਣਾਇਆ ਕਦੇ, ਕੀ ਗੱਲਾਂ ਹੁੰਦੀਆਂ ਸੀ? ਬਚਪਨੇ ਤੋਂ ਸੁਣਾਉਂਦਾ ਹੁੰਦਾ ਸੀ ਵੀ ਊਂ ਗਾਉਣ ਬਹਿ ਜਾਂਦਾ ਸੀ ਛੋਟਾ ਹੁੰਦਾ ਵੀ ਮੈਂ ਗਾਊਂਗਾ ਐਂ ਗਾਊਂਗਾ, ਉਦੋਂ ਗੀਤਾਂ ਦਾ ਸਾਨੂੰ ਖਿਆਲ ਨਹੀਂ ਸੀ ਹੈਗਾ, ਹੁਣ ਉਹਦੇ ਗੀਤਾਂ ਦੀ ਸਮਝ ਆਉਂਦੇ ਵੀ ਗੀਤ ਉਹ ਗਾ ਕੇ ਵੀ ਆਪਦੇ ਦੇ ਗਏ, ਸੱਚ ਗਾ ਕੇ ਗਏ ਉਹ, ਹਾਂ ਸੱਚ ਗਾ ਕੇ ਗਏ। ਯਹਾਂ ਸ਼ਾਦੀਆਂ ਦੇ ਵਿੱਚ ਵੀ ਗਾਉਂਦੇ ਰਹਿੰਦੇ ਸੀ, ਮੈਂ ਦੇਖਿਆ ਕਿ ਵੀਡੀਓ ਉਹਨਾਂ ਦੀ, ਬੋਲੀਆਂ ਪਾਉਂਦੇ ਇਕੱਠੇ ਜਾਂਦੇ ਸੀ ਘਰ ਇੱਕ ਸੀ, ਹਾਂ ਵਿਆਹ ਸ਼ਾਦੀਆਂ ਸਾਡੇ ਨਾਲ ਹੀ ਰਹਿੰਦੇ ਅਤੇ ਜਾਂਦਾ ਰਹਿੰਦਾ ਸੀ। ਕੋਈ ਯਾਦ ਕੋਈ ਉਹਨਾਂ ਦੀ ਜਿਹੜੇ ਵਿਆਹ ਦੇ ਵਿੱਚ ਉਸਨੇ ਕੋਈ ਬੋਲੀ ਪਾਈ ਹੋਵੇ, ਪਤਾ ਤੁਹਾਨੂੰ? ਬੋਲੀਆਂ ਤਾਂ ਪਾਉਂਦੇ ਹੀ ਰਹਿੰਦੇ, ਹੁਣ ਆਪਦੇ ਯਾਦ ਨਹੀਂ ਕਹਿੰਦਾ, ਬੋਲੀਆਂ ਤਾਂ ਉਹ ਪਾਉਂਦੀਆਂ ਰਹਿੰਦੇ ਸੀ, ਘਰ ਵੀ ਪਾਉਂਦਾ ਰਹਿੰਦਾ ਸੀ, ਜੇ ਸਾਡੇ ਨਾਲ ਜਾਂਦਾ ਉਦੋਂ ਹੀ ਪਾਉਣ ਲੱਗ ਜਾਂਦਾ ਸੀ, ਅਸੀਂ ਕਹਿੰਦੇ ਚੱਲ ਬਚਪਨੇ 'ਚ ਪਾਈ ਜਾਂਦਾ ਪਾਈ ਜਾਣ ਦੇ। ਅੱਛਾ, ਜਿਸ ਟਾਈਮ ਉਹਨਾਂ ਦਾ ਕੋਈ ਗੀਤ ਆਇਆ, ਉਸ ਸਮੇਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਗੀਤ ਆ ਗਿਆ ਉਹਨਾਂ ਦਾ, ਕਿ ਸਿੱਧੂ ਦਾ ਨਾਮ ਹੋ ਗਿਆ? ਸਾਨੂੰ ਵੀਡੀਓ ਆਹ ਮੋਬਾਈਲ 'ਤੇ ਆ ਜਾਂਦਾ ਸੀ, ਦੱਸ ਦਿੰਦਾ ਸੀ ਵੀ ਅੱਜ ਮੇਰਾ ਆਹ ਗੀਤ ਆਊਗਾ, ਹੁਣ ਵੀ ਪਤਾ ਲੱਗ ਜਾਂਦਾ, ਬੱਚੇ ਦਿਖਾਉਂਦੇ ਨੇ ਵੀ ਆਹ ਗੀਤ ਆ ਗਿਆ, ਗੀਤ ਦੇਖਦੇ ਹਾਂ ਫਿਰ ਉਹਦਾ,
ਪਰ ਸੱਚ ਹੀ ਗਾਉਂਦਾ ਸੀ, ਸੱਚ ਹੀ ਕਹਿ ਕੇ ਗਿਆ, ਸੱਚ ਹੀ ਗਾਉਂਦਾ ਸੀ, ਸੱਚ ਹੀ ਹੋ ਗਿਆ ਉਹਦੇ ਨਾਲ। ਮਿਹਰਬਾਨੀ। ਅੱਛਾ, ਕਿੱਦਾਂ ਦੀ ਕੋਈ ਜਿਸ ਟਾਈਮ ਸਿੱਧੂ ਜਿਸ ਟਾਈਮ ਜਿਉਂਦਾ ਸੀ ਉਹਨਾਂ ਦੇ ਨਾਲ ਕੁਝ ਯਾਦਾਂ ਪਹਿਲਾਂ ਕਿੱਦਾਂ ਦੀ ਸੀ ਯਾਦ? ਦੋ ਦਿਨ ਪਹਿਲਾਂ ਸਾਡੇ ਵੀਡੀਓ ਬਣਾ ਕੇ ਲੈ ਕੇ ਗਏ, ਦੋ ਦਿਨ ਪਹਿਲਾਂ। ਹਾਂ, ਇੱਥੇ ਬੋਰਡ ਥੱਲੇ ਗੱਲਾਂ ਕਰਕੇ ਗਏ, ਵਿਆਹ ਦੀਆਂ ਗੱਲਾਂ ਕਰਕੇ ਗਏ। ਵਿਆਹ ਦੀਆਂ ਗੱਲਾਂ ਕੀ? ਆਪਾਂ ਵਿਆਹ ਇੱਦਾਂ ਕਰਾਂਗੇ, ਆਪਾਂ ਸੂਟ ਸਮਾਵਾਂਗੇ, ਆਪਾਂ ਮਹੀਨਾ ਵਿਆਹ ਰੱਖਾਂਗੇ, ਤੀਜੇ ਦਿਨ ਮੁੱਕਦਾ। ਤੀਸਰੇ ਦਿਨ? ਅੱਛਾ, ਮੌਤ ਆਹ ਟਾਈਮ 'ਚ 11 ਵਜੇ ਦੀਆਂ ਗੱਲਾਂ ਕਰਕੇ ਗਏ ਸਾਡੇ ਨਾਲ ਉਹ। ਰੱਬ ਨੇ ਸੌਂਕ ਹੀ ਨੀ ਪੂਰਾ ਹੋਣ ਦਿੱਤੇ, ਹੁਣ ਤਾਂ ਕੁਛ ਵੀ ਨੀ ਕਹਿ ਸਕਦੇ। ਜਿਸ ਟਾਈਮ ਤੁਸੀਂ ਕਹਿ ਰਹੇ ਕਿ ਦੋ ਦਿਨ ਪਹਿਲਾਂ ਮੁਲਾਕਾਤ ਹੋਈ, ਕਿਆ ਗੱਲਾਂ ਬਾਤਾਂ ਹੋਈਆਂ ਸੀ ਉਸ ਨਾਲ? ਖਾਸ ਬਾਤਾਂ ਵਿਆਹ ਦੀਆਂ, ਆਪਣੇ ਦਾਦੇ ਨਾਲ ਕਰੀਏ, ਦਾਰੂ ਪਿਆਉ ਤੈਨੂੰ ਐਂ ਕਰੂੰਗਾ, ਆਪਾਂ ਵਿਆਹ ਕਰਾਂਗੇ, ਮਹੀਨੇ ਨੂੰ 2 ਮਹੀਨੇ ਨੂੰ ਵਿਆਹ ਕਰਾਂਗੇ, ਆਪਾਂ ਸਾਰੀ ਗੱਲਾਂ ਕਰੀਏ, ਤੀਜੇ ਦਿਨ ਹੀ ਮੁੱਕਦਾ। ਅੱਛਾ, ਯਾਨੀ ਜਿਸ ਟਾਈਮ 2 ਦਿਨ ਪਹਿਲਾਂ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ, ਅਤੇ ਉਸ ਤੋਂ ਬਾਅਦ ਤੀਸਰੇ ਦਿਨ ਜਿੱਦਾਂ ਉਹਨਾਂ ਦੀ ਡੈਥ ਹੋ ਗਈ, ਸਾਲ ਯਾਨੀ ਮਹੀਨੇ ਬਾਅਦ ਉਹਨਾਂ ਨੇ ਮੈਰਿਜ ਦਾ ਪਲਾਨ ਰੱਖਿਆ ਹੋਇਆ ਸੀ? ਹਾਂਜੀ, ਹਾਂ, 2 ਮਹੀਨੇ ਬਾਅਦ ਰੱਖਿਆ ਹੋਇਆ ਜੀ, 2 ਮਹੀਨੇ ਬਾਅਦ ਰੱਖਿਆ ਹੋਇਆ ਜੀ। ਮੈਨੂੰ ਲੱਗਦਾ ਕਿ ਦਿਲ 'ਚ ਹੀ ਰਹਿ ਗਈਆਂ ਉਹ ਗੱਲਾਂ, ਹੁਣ ਰਹੀਆਂ ਦਿਨ 'ਚ, ਸ਼ੌਂਕ ਪੂਰੇ ਸਾਡੇ ਵੀ ਨਾ ਹੋਏ, ਉਹਦੇ ਵੀ ਨਾ ਹੋਏ, ਤਾਂ ਸ਼ੌਂਕ ਪੂਰੇ ਕਿਸੇ ਦੇ ਵੀ ਨਾ ਹੋਏ, ਅੱਜ ਮਾਂ ਬਾਪ ਦੇ ਵੀ ਸ਼ੌਂਕ ਪੂਰੇ ਹੋਏ, ਜਿਹੜੇ ਹੁਣ ਆਸਾਂ ਉਹਦੇ 'ਤੇ ਲਾਈ ਬੈਠੇ ਤੇ ਕੀ ਕਹਿ ਸਕਦੇ ਹੁਣ। ਕਿੰਨੀ ਕੁ ਕਮੀ ਮਹਿਸੂਸ ਕਰਦੇ ਹੋ ਵੈਸੇ ਦੁੱਧ? ਪੂਰੀ ਹੋ ਹੀ ਨਹੀਂ ਸਕਦੀ, ਗੱਲ ਵੀ ਨਹੀਂ ਹੁੰਦੀ ਹੈਗੀ, ਇੰਨਾ ਸ਼ੌਂਕ ਨਾਲ ਪਾਇਆ ਜੀ ਬੜਾ ਜੀ, ਪਰ ਹੁਣ ਸਰ ਗੱਲ ਹੋ ਨਹੀਂ ਸਕਦੀ, ਲੱਖ ਵਾਰੀ ਹੁਣ ਆ ਗਿਆ ਗੱਗੂ ਦੁਬਾਰੇ, ਪਰ ਉਹ ਸਾਨੂੰ ਨਹੀਂ ਭਿੜਦੇ ਹੈਗੇ, ਉਹ ਸਮੀ ਪੂਰੀ ਨਹੀਂ ਹੁੰਦੀ ਹੈਗੀ, ਤੇ ਉਹ ਨਹੀਂ ਪੂਰੀ ਹੁੰਦੀ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਉਹ ਸਿੱਧੂ ਆ ਗਿਆ ਦੁਬਾਰੇ, ਸਿੱਧੂ ਆ ਗਿਆ, ਤੁਹਾਨੂੰ ਲੱਗਦਾ ਕਿ ਜਗ੍ਹਾ ਲੈ ਪਾਏਗੇ? ਆ ਗਿਆ ਦੁਬਾਰੇ, ਦੁਬਾਰੇ ਆ ਗਿਆ, ਪਰ ਹੁਣ ਜਿਹੜੀ ਉਹਦੀ ਕਮੀ ਆ ਉਹ ਤਾਂ ਨਹੀਂ ਪੂਰੀ ਹੋ ਸਕਦੀ। ਸਹੀ ਗੱਲ ਹੈ ਜੀ। ਸੋ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਉਹ ਬੱਚਾ ਵੀ ਹੈ ਜੋ ਡੀਅਰ ਮਾਂ ਸੌਂਗ ਦੇ ਵਿੱਚ ਜਿਨ੍ਹਾਂ ਨੇ ਰੋਲ ਕੀਤਾ ਹੋਇਆ, ਤੁਹਾਨੂੰ ਦੱਸ ਦਈਏ ਪਹਿਲਾਂ ਤਾਂ ਕਿ ਡੀਅਰ ਮੰਮਾ ਜੋ ਸੌਂਗ ਆਇਆ ਸੀ ਉਸਦੇ ਵਿੱਚ ਜੋ ਛੋਟੇ ਬੱਚੇ ਦਾ ਰੋਲ ਕੀਤਾ ਸੀ ਇਹ ਮੁੰਡੇ ਨੇ ਕੀਤਾ ਸੀ, ਕੀ ਨਾਂ ਹੈ ਤੁਹਾਡਾ? ਮਨਰਾਜ। ਮਨਰਾਜ, ਮਨਰਾਜ, ਸਿੱਧੂ ਵੀਰੇ ਦੀ ਯਾਦ ਆਉਂਦੀ ਹੈ? ਅੱਛਾ, ਜਿਸ ਟਾਈਮ ਗੀਤ ਦੇ ਵਿੱਚ ਰੋਲ ਕੀਤਾ ਉਸ ਟਾਈਮ ਤੁਹਾਨੂੰ ਪਤਾ, ਯਾਦ ਹੈ ਤੁਹਾਨੂੰ ਕੁਛ? ਨਹੀਂ, ਉਦਾਂ ਹੀ ਗੁਰਦੁਆਰੇ ਕੋਲ ਉੱਥੇ ਕੀਤਾ ਸੀ। ਉਸ ਸਮੇਂ ਹੁਣ ਪਤਾ ਕਿ ਉਹ ਗੀਤ ਸੁਣਦੇ ਆ ਤੂੰ, ਕਦੇ ਦੇਖਿਆ ਗੀਤ ਆਪਣਾ? ਕਦੇ ਕਦੇ। ਉਸ ਸਮੇਂ ਯਾਦ ਹੈ ਵੈਸੇ ਗੱਲਾਂ, ਯਾਦ ਨੇ ਥੋੜੀ ਥੋੜੀਆਂ ਜਿਸ ਟਾਈਮ ਉਹ ਗੀਤ ਆਇਆ ਸੀ ਜਿਹਦਾ ਰੋਲ ਕਰ ਰਿਹਾ ਸੀ ਤੂੰ? ਜਦੋਂ ਗੀਤ ਖਤਮ ਹੋਇਆ ਸੀ ਘਰੇ ਆਇਆ ਸੀ, ਥੱਕ ਗਿਆ ਸੀ, ਬੈੱਡ ਕੇ ਸੌਂ ਗਿਆ ਸੀ। ਅੱਛਾ, ਥੱਕ ਗਿਆ ਸੀ ਗੀਤ ਕਰ ਨਹੀਂ ਸੀ ਕੋਈ, ਫਿਰ ਉਸ ਤੋਂ ਬਾਅਦ ਪਤਾ ਨਹੀਂ ਫਿਰ ਸੌ ਗਿਆ ਤੂੰ, ਹੈ ਥੱਕ ਗਿਆ ਸੀ। ਹੋਰ ਫਿਰ ਗੱਲਾਂ ਬਾਤਾਂ ਹੋਈਆਂ ਸਿੱਧੂ ਪੂਰੇ ਨੇ ਨਾਲ ਬਾਅਦ ਦੇ ਵਿੱਚ ਕੋਈ? ਤੈਨੂੰ ਗੋਦੀ ਚੱਕਿਆ ਸੀ ਜਦੋਂ ਹਰਖ ਆਇਆ ਸੀ? ਮੈਂ 1-2 ਵਾਰ ਹਰਖ ਕੱਢਤਾ ਸੀ ਜਦੋਂ ਉਹ ਰੇੜੀ ਜੀ 'ਤੇ ਖੜਾ ਸੀ। ਕੀ ਅਰਖ ਕੱਢਿਆ ਸੀ? ਉੱਧਰ ਉੱਧਰ ਤਾਇਆ ਖੜਾ ਸੀ, ਉੱਧਰ ਰੇੜੀ 'ਤੇ ਮੈਂ ਖੜਾ ਸੀ, ਆਏ ਆਏ
ਮੋਢੇ ਹਿਲਾਏ ਕਿਆ ਤੂੰ ਕਹ ਤੂੰ ਹਿਲਾ ਰਿਹਾ ਸੀ ਮੋਢੇ ਯਾ ਸਿੱਧੂ ਹਿਲਾ ਰਿਹਾ ਸੀ ਤਾਇਆ ਵੀ ਹਿਲਾਉਂਦਾ ਸੀ ਅੱਛਾ ਹੋਰ ਹੋਰ ਕੀ ਗੱਲਾਂ ਹੋਈਆਂ ਹੋਰ ਹੋਰ ਮੈਂ ਭੁੱਲ ਗਿਆ ਸੀ ਕੀ ਕਹਿੰਦੇ ਹੁੰਦੇ ਸੀ ਤੈਨੂੰ ਪੜ੍ਹਨ ਬਾਰੇ ਕੁਛ ਕਹਿੰਦੇ ਹੁੰਦੇ ਸੀ ਸਿੱਧੂ ਵੀਰਾ ਕਹਿੰਦਾ ਪੜ੍ਹਨ ਵਾਲੇ ਨੇ ਨਾਮ ਰੱਖਿਆ ਸੀ ਇੱਕ ਭਾਈ ਜੀ ਵੀਰਾ ਨਾਂ ਰੱਖਿਆ ਸੀ ਭਾਈ ਜੀ ਭਾਈ ਜੀ ਨਾਂ ਰੱਖਿਆ ਸੀ ਹਾਂ ਅੱਛਾ ਹੋਰ ਕਿਹੜੀ ਕਿਹੜੀ ਗੱਲ ਯਾਦ ਹੈ ਤੈਨੂੰ ਵੀਰ ਦੀ ਆ ਵੀ ਵੀਰ ਵੀਡੀਓ ਵਾਇਰਲ ਹੋਈ ਆ ਵੀ ਸੱਤ ਅੱਠ ਘਰਾਂ ਦੀ ਰੋਟੀਆ ਖਾ ਜਾਂਦਾ ਵੀਡੀਓ ਵਾਇਰਲ ਹੋਈ ਹੈ ਅੱਛਾ ਕੌਣ ਖਾ ਜਾਂਦਾ ਰੋਟੀ ਸੱਤ ਅੱਠ ਘਰਾਂ ਦੀ ਵੀਰੇ ਨੇ ਬਣਾਈ ਸੀ ਅੱਛਾ ਕਿ ਤੂੰ ਖਾ ਜਾਂਦਾ ਸੱਤ ਅੱਠ ਘਰਾਂ ਦੀ ਰੋਟੀਆਂ ਅੱਛਾ ਇੰਨੀ ਰੋਟੀ ਖਾ ਲੈਂਦਾ ਅੱਛਾ ਅੱਛਾ ਮੰਮੀ ਕੀ ਕਹਿੰਦੇ ਆ ਮੰਮਾ ਕਹਿੰਦੇ ਆ ਵੀ ਇੰਨੀਆਂ ਰੋਟੀਆਂ ਨਾ ਖਾਇਆ ਕਰ ਅੱਛਾ ਤੂੰ ਇੰਨੀਆਂ ਰੋਟੀਆਂ ਖਾ ਲੈਂਦਾ ਮੰਮੀ ਕਹਿੰਦੀ ਇੰਨੀ ਰੋਟੀ ਨਾ ਖਾਇਆ ਕਰ ਹੈ ਅੱਜ ਪੰਜ ਰੋਟੀਆਂ ਖਾ ਗਿਆ ਅੱਛਾ ਪੰਜ ਰੋਟੀਆਂ ਖਾ ਗਿਆ ਫਿਰ ਸਿੱਧੂ ਵੀਰਾ ਕੀ ਕਹਿੰਦਾ ਸੀ ਕਿ ਇੰਨੀ ਰੋਟੀਆਂ ਨਾ ਖਾਇਆ ਕਰ ਫਿਰ ਤਕੜਾ ਤਾਂ ਤੂੰ ਹੋਇਆ ਨਹੀਂ ਯਾਰ ਇੰਨੀ ਰੋਟੀਆਂ ਖਾਣ ਦੇ ਤੋਂ ਬਾਵਜੂਦ ਵੀ ਤਕੜਾ ਤਾਂ ਹੋ ਗਿਆ ਤਕਾ ਦੁੱਧ ਨਹੀਂ ਪੀਂਦਾ ਹੈਗਾ ਪੀਂਦਾ ਪੀਂਦਾ ਅੱਛਾ ਕਿਹੜੀ ਕਲਾਸ 'ਚ ਪੜ੍ਹਦਾ ਫੋਰਥ ਪਹਿਲਾਂ ਥਰਡ ਤੋਂ ਸੀ ਹੁਣ ਫੋਰਥ 'ਚ ਅੱਛਾ ਸਿੱਧੂ ਵੀਰਾ ਹੋਰ ਕੀ ਕੀ ਗੱਲਾਂ ਦੱਸਦਾ ਸੀ ਕੀ ਸੀ ਕੀ ਸਿਖਾਉਂਦਾ ਸੀ ਮੇਰੇ ਡੰਡਾ ਲੈ ਕੇ ਪਿੱਛੇ ਪੈ ਜਾਂਦਾ ਸੀ ਕੰਧ 'ਤੇ ਚੜ੍ਹਦਾ ਸੀ ਅੱਛਾ ਡੰਡਾ ਲੈ ਕੇ ਪਿੱਛੇ ਭੱਜ ਜਾਂਦਾ ਸੀ ਕਾਹਤੋਂ ਕੰਧ ਤੇ ਚੜ ਜਾਂਦਾ ਸੀ ਅੱਛਾ ਨਹੀਂ ਡੰਡਾ ਲੈ ਕੇ ਕਿਉਂ ਭੱਜਦਾ ਸੀ ਤੇ ਤੂੰ ਕੰਧ ਤੇ ਕਿਉਂ ਚੜਦਾ ਸੀ ਮੈਂ ਉਧਰ ਦੂਜੇ ਘਰ ਵੱਲ ਨਹੀਂ ਦੇਖਦਾ ਸੀ ਫਿਰ ਜਦੋਂ ਅਸੀਂ ਦੂਜੇ ਦਿਨ ਆਏ ਸੀ ਉਦੋਂ ਘਰ ਹਨਾ ਖੁੱਲਿਆ ਸੀ ਹਨਾ ਤਾਏ ਨੇ ਕੁੱਤੇ ਸੜ ਤੇ ਚਿੰਗ ਚ ਕੈੜਾ ਪੈ ਗਿਆ ਅੱਛਾ ਕੁੱਤਾ ਮੂਰੇ ਮੈਂ ਪਿੱਛੇ ਕੁੱਤਾ ਮੂਰੇ ਤੂੰ ਪਿੱਛੇ ਆਖ ਕੁੱਤਾ ਪਿੱਛੇ ਤੂੰ ਅੱਗੇ ਸੀ ਕੁੱਤਾ ਪਿੱਛੇ ਸੀ ਮੈਂ ਅੱਗੇ ਸੀ ਅੱਛਾ ਕੁੱਤੇ ਦੇ ਪਿੱਛੇ ਤੂੰ ਭੱਜਦਾ ਸੀ ਤੇ ਕੁੱਤਾ ਤੇਰੇ ਪਿੱਛੇ ਭੱਜਦਾ ਸੀ ਮੈਂ ਗੋਦੀ ਵਿੱਚ ਬਹਿ ਗਿਆ ਕਿਹਦੀ ਤਾਏ ਦੀ ਤੇ ਤਾਏ ਦੀ ਬਲਕੌਰ ਸਿੰਘ ਦੇ ਚਲੋ ਵਧੀਆ ਗੱਲਾਂ ਬਾਤਾਂ ਹੋਈਆਂ ਜੀ ਸੋ ਤੁਸੀਂ ਦੇਖਿਆ ਜੀ ਕਿ ਆਪਾਂ ਗੱਲਬਾਤ ਕਰਾਈ ਸਿੱਧੂ ਮੂਸੇਵਾਲੇ ਦੀ ਦਾਦੀ ਜੀ ਦੇ ਨਾਲ ਤੇ ਉਹਨਾਂ ਦੇ ਛੋਟੇ ਭਰਾ ਨਾਲ ਚਾਚਾ ਜੀ ਦੇ ਬੇਟੇ ਨਾਲ ਸੋ ਕਿੱਦਾਂ ਦੀ ਲੱਗੀ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸਣਾ।